ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ, ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨੀ ਹੈ ਜੀ ਬਾਸਮਤੀ 1509 ਦੇ ਰੇਟ ਦੀ, ਅਤੇ ਨਾਲ ਗੱਲ ਕਰਾਂਗੇ ਝੋਨਾ ਇਸ ਵਾਰ ਕੀ ਰੇਟ ਵਿਕੂਗਾ, ਅਤੇ ਨਾਲ ਆਪਾਂ ਗੱਲ ਕਰਾਂਗੇ ਜਿਹੜੀ ਸਰਕਾਰ ਦੀ ਅਤੇ ਸ਼ੈਲਦਰਾਂ ਵਾਲਿਆਂ ਦੀ ਆਪਸ ਦੇ ਵਿੱਚ ਖਿੱਚਾਤਾਨੀ ਚੱਲ ਰਹੀ ਆ ਪਿਛਲੇ ਸਟਾਕ ਨੂੰ ਲੈ ਕੇ, ਅਤੇ PR 126 ਝੋਨੇ ਬਾਰੇ ਸ਼ੈਲਦਰਾਂ ਵਾਲਿਆਂ ਦਾ ਕੀ ਕਹਿਣਾ ਵਾ, ਖਰੀਦਣਾ ਜਾਂ ਨਹੀਂ ਖਰੀਦਣਾ, ਇਹਦੇ ਬਾਰੇ ਆਪਾਂ ਅੱਗੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਤੁਹਾਨੂੰ ਦਿੰਦੇ ਹਾਂ। ਜੇ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਵਾਲਾ ਬਟਨ ਨਾਲ ਜ਼ਰੂਰ ਦਬਾ ਲਿਓ। ਸੋ ਇਸ ਵਾਰ PR 126 ਝੋਨਾ ਜਿਹੜਾ ਵਾ ਉਹ ਮੰਡੀਆਂ ਦੇ ਵਿੱਚ ਇੱਕ ਵਾਰ ਜ਼ਰੂਰ ਉਹਦਾ ਰੌਲਾ ਪਊਗਾ, ਕਿਉਂਕਿ ਸ਼ੈਲਦਰਾਂ ਵਾਲਿਆਂ ਨੇ ਇਨਕਾਰ ਕਰ ਦਿੱਤਾ ਉਹਨੂੰ ਲੈਣ ਤੋਂ। ਸੋ ਸ਼ੈਲਦਰਾਂ ਵਾਲਿਆਂ ਦਾ ਕਹਿਣਾ ਵੀ ਸਾਡੇ ਕੋਲ ਪਿਛਲਾ ਸਟੋਕ ਹੈ ਜਿਹੜਾ ਝੋਨੇ ਦਾ ਪਿਆ ਉਹ ਵੀ ਸਰਕਾਰ ਨੇ ਹਜੇ ਨਹੀਂ ਚੁੱਕਿਆ, ਅਤੇ ਦੂਸਰਾ ਅਸੀਂ ਜਿਹੜਾ PR 126 ਝੋਨਾ ਵਾ ਇਹਦਾ ਚੌਲ ਜਿਹੜਾ ਵਾ ਉਹ ਦੂਸਰੇ ਜਿਹੜੇ ਝੋਨਿਆਂ ਨੂੰ ਘੱਟ ਨਿਕਲਦਾ, ਇੱਕ ਕੁਇੰਟਲ ਮਗਰ 67 ਕਿਲੋ ਚੌਲ ਜਿਹੜਾ ਵਾ ਦੂਸਰੇ ਝੋਨੇ ਦਾ ਨਿਕਲਦਾ ਅਤੇ ਇਹਦਾ ਅਸੀਂ ਨਿਕਲਦਾ 60 ਕਿਲੋ। ਸੋ 7 ਕਿਲੋ ਦਾ ਕਹਿੰਦੇ ਸਾਨੂੰ ਉਹ ਘਾਟਾ ਪੈ ਰਿਹਾ ਵਾ, ਅਤੇ ਇਸ ਕਰਕੇ ਜਿਹੜਾ PR 126 ਝੋਨਾ ਵਾ ਇਹਦਾ ਜਿਹੜਾ ਵਾ ਇਸ ਵਾਰ ਰੌਲਾ ਜ਼ਰੂਰ ਪਊਗਾ, ਅਤੇ ਬਾਕੀ ਆਉਣ ਵਾਲਾ ਸਮਾਂ ਹੀ ਦੱਸੂਗਾ ਜਦੋਂ ਮੰਡੀਆਂ ਦੇ ਵਿੱਚ ਆਇਆ ਉਦੋਂ ਜਿਹੜਾ ਵਾ ਕੀ ਇਹਦਾ ਹੱਲ ਹੁੰਦਾ ਵਾ। ਬਾਕੀ ਸਰਕਾਰ ਦੀ ਅਤੇ ਸ਼ੈਲਰਾਂ ਦੀ ਲਗਾਤਾਰ ਮੀਟਿੰਗ ਹੋ ਰਹੀ ਆ, ਸੋ ਹਜੇ ਕਿਸੇ ਸਿੱਟੇ ਤੱਕ ਨਹੀਂ ਪਹੁੰਚ ਸਕੇ। ਹੋਰ ਜਿੱਦਾਂ ਵੀ ਅਪਡੇਟ ਆਪਣੇ ਤੱਕ ਆਊਗੀ ਆਪਾਂ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ। ਬਾਕੀ ਆਪਾਂ ਰੇਟ ਦੀ ਗੱਲ ਕਰ ਲਈਏ, 1509 ਜਿਹੜੀ ਆ ਉਹ 2500 ਤੋਂ ਲੈ ਕੇ 2650 ਤੱਕ ਵਿਕ ਰਹੀ ਆ ਪੰਜਾਬ ਦੀਆਂ ਮੰਡੀਆਂ ਦੇ ਵਿੱਚ, ਹਰਿਆਣੇ ਦੇ ਵਿੱਚ ਜਿਹੜੀ ਆ 2400 ਤੋਂ ਲੈ ਕੇ 2500 ਰੁਪਏ ਤੱਕ ਉੱਥੇ ਵਿਕ ਰਹੀ ਆ। ਅਤੇ ਝੋਨੇ ਦੀ ਆਪਾਂ ਗੱਲ ਕਰੀਏ, ਇਸ ਵਾਰ ਝੋਨਾ ਜਿਹੜਾ ਵਾ ਉਹ 117 ਰੁਪਈਏ ਵਾਧਾ ਕੀਤਾ ਵਾ, ਪਿਛਲੀ ਵਾਰ 2203 ਰੁਪਈਏ ਰੇਟ ਸੀ, ਇਸ ਵਾਰ ਜਿਹੜਾ ਵਾ 2320 ਰੁਪਈਏ ਮੰਡੀਆਂ ਦੇ ਵਿੱਚ ਝੋਨਾ ਵਿਕੂਗਾ। ਸੋ ਧੰਨਵਾਦ ਜੀ।